रहे सारे लोग मेरे वालों जाने की सिनेमा में अज मैं कोरोना वायरस की जी महामारी है पूरे विश्व में फैल चुकी है वो बारे गलबात करने थोड़ी मुखातिब हो है। मैं सारे में एक अपील करनी चाहूँगा कि कृपा करके तुम सारे अपने घर बने रहो, सरकार द्वारा जिड़िया हदायत दी गई हैं उन्होंने फॉलो करो, क्योंकि जी अपने भारत के स्थिति है मेडिकल की जी स्थिति है सारा देश बहुत कमजोर है। साढ़े देश के कोरोना वायरस तो बचने का ये भी हल है लॉकडाउन जो सरकार वालों भारत सरकार वालों कर्फ्यू का ऐलान किया गया उन्होंने फॉलो करिए ताकि कुछ जो सावधानियां दसी गई ने जो सू किसी जी सरकार द्वारा ढिल दी गई है कोई समान लैन लिए बाहर जाना पैदा है तो जब असं बाहर जाने मास्क पा के रखिए अपने ग्लव्स हाथों के ग्लव्स चढ़ा के रखिए जो असं घर आने तो अपने पूरे कोशिश करो कि हाथ का बार बार धोने धोने नहीं जो तुम घरों बाहर अंदर आने तो कोशिश करो कि आके नहाओ गर्म पानी ਤੇ ਬਾਕੀ ਸੈਨੇਟਾਈਜ਼ਰ ਦੇ ਨਾਲ ਵਾਰ ਵਾਰ ਹੱਥਾਂ ਨੂੰ ਸਾਫ਼ ਕਰੋ ਉਹ ਚੀਜ਼ ਤੋਂ ਆਪਾਂ ਇਹਦੇ ਬਚਾਅ ਹੋ ਸਕਦੇ ਸਾਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਆਪਣੀ ਹਿੰਮਤ ਦੇ ਨਾਲ ਇਹਦਾ ਮੁਕਾਬਲਾ ਕਰਨਾ ਪਊਗਾ ਜੇ ਅਸੀਂ ਚੰਗੀ ਤਰ੍ਹਾਂ ਕਰਫਿਊ ਨੂੰ ਫੋਲੋ ਕਰਾਂਗੇ ਤੇ ਅਸੀਂ ਪੂਰੀ ਤਰ੍ਹਾਂ ਕਾਬੂ ਪਾ ਲਾਂਗੇ। ਬਹੁਤ ਕੇਸ ਹੁਣ ਤੱਕ ਜਿਵੇਂ ਮੀਡੀਆ ਦੇ ਹਵਾਲੇ ਤੋਂ ਜੇਕਰ ਦੇਖੀਏ 2511 ਕੋਰੋਨਾ ਇਫੈਕਟਿਡ ਮਾਮਲੇ ਆਪਣੇ ਭਾਰਤ ਦੇ ਵਿੱਚ ਆ ਚੁੱਕੇ ਨੇ ਜਿਹਦੇ ਵਿੱਚ ਕਿ 69 ਮੌਤਾਂ ਹੋ ਚੁੱਕੀਆਂ ਇਸ ਨਾਲ ਇਹ ਵੀ ਹੈ ਇਹਦੇ ਵਿੱਚੋਂ 188 ਮਰੀਜ਼ ਠੀਕ ਹੋ ਚੁੱਕੇ ਨੇ ਜਿਹੜੇ ਰਿਕਵਰ ਹੋ ਚੁੱਕੇ ਨੇ ਤੇ ਇੱਕ ਜਿਹੜਾ ਆਪਣਾ ਕਰਫਿਊ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਤਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਕਿਸੇ ਮੀਡੀਆ ਨਾਲ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਜਿਹੜਾ ਕਰਫਿਊ 14 ਅਪ੍ਰੈਲ ਤੱਕ ਕੀਤਾ ਗਿਆ ਸੀ ਉਹਦੀ ਮਿਆਦ ਵਧਾਈ ਜਾ ਸਕਦੀ ਜੇਕਰ ਆਪਣੇ ਇੱਥੇ ਸਥਿਤੀ ਕੰਟਰੋਲ 'ਚ ਨਹੀਂ ਹੁੰਦੀ ਤਾਂ ਇੱਕ ਮੈਂ ਦੇਖਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਬਹੁਤ ਇਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਰੋਨਾ ਵਾਇਰਸ ਜਿਹੜੀ ਬਿਮਾਰੀ ਆ ਉਹ ਸੀਰੀਅਸ ਨਹੀਂ ਲੈ ਰਹੇ ਜਦੋਂ ਕਈ ਵਾਰ ਪੁਲਿਸ ਕਰਮੀ ਦੇ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਜਦੋਂ ਅਸੀਂ ਆ ਜਾਂਦੇ ਹਾਂ ਜਦੋਂ ਕਿਤੇ ਚੱਕਰ ਮਾਰਦੇ ਹਾਂ ਤਾਂ ਉਦੋਂ ਸਾਹ ਆਪਣੇ ਘਰਾਂ 'ਚ ਅੰਦਰ ਹੋ ਜਾਂਦੇ ਜਦੋਂ ਚਲੇ ਜਾਂਦੇ ਬਾਹਰ ਆ ਜਾਂਦੇ ਇਹ ਤੁਸੀਂ ਇਹ ਨਾ ਸੋਚੋ ਵੀ ਇਹ ਕੋਈ ਪੁਲਿਸ ਦਾ ਕੰਮ ਆ ਜਾਂ ਕੋਈ ਪ੍ਰਸ਼ਾਸਨ ਦਾ ਕੰਮ ਇਹ ਆਪਣੇ ਬਚਾਅ ਲਈ ਇਹ ਜੇ ਆਪਾਂ ਸੇਫਟੀ ਰੱਖਾਂਗੇ ਆਪਣਾ ਖੁਦ ਦਾ ਬਚਾਅ ਹੋਊ ਕਿਉਂਕਿ ਜੇਕਰ ਇਹ ਮਹਾਂਮਾਰੀ ਆਪਣੇ ਇੱਥੇ ਆ ਗਈ ਨਾ ਫਿਰ ਸਾਡੇ ਤੋਂ ਕੋਈ ਕੰਟਰੋਲ ਨਹੀਂ ਹੋਣਾ ਸਾਡੇ ਦੇਸ਼ ਕੋਲ ਇੰਨੀਆਂ ਸਹੂਲਤਾਂ ਨਹੀਂ ਹੈਗੀਆਂ ਕਿ ਅਸੀਂ ਇਹਦੇ ਬਚਾਅ ਕਰ ਸਕੀਏ ਸੋ ਕਿਰਪਾ ਕਰਕੇ ਜੋ ਵੀ ਪ੍ਰਸ਼ਾਸਨ ਪੁਲਿਸ ਕਰਮੀ ਜੋ ਵੀ ਆਪਾਂ ਨੂੰ ਹਦਾਇਤਾਂ ਦਿੰਦੀਆਂ ਉਹਨਾਂ ਨੂੰ ਫੋਲੋ ਕਰੋ ਕੋਈ ਅਤਿ ਜ਼ਰੂਰੀ ਕੰਮ ਹੁੰਦਾ ਹੈ ਤਾਂ ਬਾਹਰ ਨਿਕਲੋ ਉਹ ਪੁਲਿਸ ਪ੍ਰਸ਼ਾਸਨ ਦੇ ਜੋ ਵੀ ਆਪਣੇ ਪੁਲਿਸ ਆਫਿਸਰ ਹੁੰਦੇ ਲੋਕਲ ਤੁਹਾਡੇ ਉਹਨਾਂ ਡਿਊਟੀ ਲੱਗੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਪਣੀ ਬੇਨਤੀ ਦੱਸ ਕੇ ਬਾਹਰ ਨਿਕਲੋ ਵਰਨਾ ਤੁਸੀਂ ਵੱਧ ਤੋਂ ਵੱਧ ਅੰਦਰ ਰਹੋ। ਅਮੈਰੀਕਾ ਦੇਸ਼ ਨੂੰ ਪੂਰੇ ਵਿਸ਼ਵ ਦੇ ਵਿੱਚ ਮੈਡੀਕਲ ਪੱਖੋਂ ਵਿਕਸਿਤ ਦੇਸ਼ ਮੰਨਿਆ ਜਾਂਦਾ ਹੈ ਉੱਥੇ ਵੀ ਜੇਕਰ ਅਸੀਂ ਧਿਆਨ ਮਾਰੀਏ ਤਾਂ ਹੁਣ ਤੱਕ 2,45,000 ਤੋਂ ਪਾਰ ਕਰ ਚੁੱਕੇ ਜਿਹੜੇ ਮਾਮਲੇ ਆਏ ਨੇ ਤੇ 6,000 ਦੇ ਆਸ ਪਾਸ ਮੌਤਾਂ ਹੋ ਚੁੱਕੀਆਂ ਤਾਂ ਅਸੀਂ ਦੇਖੀਏ ਜੇਕਰ ਉਸ ਦੇਸ਼ ਦਾ ਇਹ ਹਾਲ ਹੈ ਤਾਂ ਸਾਡੇ ਕੋਲ ਤਾਂ ਮੈਡੀਕਲ ਸਹੂਲਤਾਂ ਬਿਲਕੁਲ ਨਹੀਂ ਵੈਂਟੀਲੇਟਰ ਨਹੀਂ ਤਾਂ ਅਸੀਂ ਕਿਵੇਂ ਕੰਟਰੋਲ ਕਰਾਂਗੇ। ਸੋ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਘਰਾਂ ਦੇ ਵਿੱਚ ਬਣੇ ਰਹੋ ਜਿੰਨਾ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਾਂਗੇ ਓਨੀ ਜਲਦੀ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕਾਂਗੇ। ਸਤਿ ਸ਼੍ਰੀ ਅਕਾਲ।